ਭਾਜਪਾ ਯੁਵਾ ਮੋਰਚਾ ਲੁਧਿਆਣਾ ਵੱਲੋਂ ਸਰਕਾਰ ਵਿਰੁੱਧ ਸੜਕਾਂ ਤੇ ਉਤਰਦੇ ਹੋਏ ਘੰਟੀ ਵਜਾਓ ਕਾਂਗਰਸ ਜਗਾਓ ਮੁੱਦੇ ਨੂੰ ਲੈ ਕੇ ਸਥਾਨਕ ਫਵਾਰਾ ਚੌਂਕ ਵਿਖੇ ਮੌਨ ਪ੍ਰਦਰਸ਼ਨ ਕੀਤਾ ਗਿਆ। ਅੱਜ ਭਾਰਤੀ ਜਨਤਾ ਯੁਵਾ ਮੋਰਚਾ ਲੁਧਿਆਣਾ ਦੇ ਵੱਲੋਂ ਅਸੀਂ ਇੱਕ ਪ੍ਰਦਰਸ਼ਨ ਕੀਤਾ ਜਿਸ ਦੇ ਵਿੱਚ ਘੰਟੀ ਵਜਾਓ ਸਰਕਾਰ ਜਗਾਓ ਜਿਹੜੇ ਉਹਨੇ ਚੁਣਾਵਾਂ ਦੇ ਵਿੱਚ ਵਾਅਦੇ ਕੀਤੇ ਸੀ, ਚਾਹੇ ਉਹ ਯੁਵਾਵਾਂ ਨਾਲ ਸੰਬੰਧਿਤ ਸਮਾਰਟਫੋਨ ਦੇਣ ਦੀ ਗੱਲ ਸੀ, ਬੇਰੁਜ਼ਗਾਰੀ ਭੱਤੇ ਵਧਾਉਣ ਦੀ ਗੱਲ ਸੀ, ਨੌਕਰੀਆਂ ਦੇਣ ਦੀ ਗੱਲ ਸੀ। ਯੁਵਾ ਮੋਰਚਾ ਵੱਲੋਂ ਘੰਟੀ ਵਜਾਓ ਕਾਂਗਰਸ ਸਰਕਾਰ ਜਗਾਓ ਦਾ ਅੱਜ ਅਸੀਂ ਇਹ ਨਾਰਾ ਦਿੱਤਾ। ਸਾਥੀਓ, ਉਸਨੇ ਆਪਣੇ ਜੋ ਮੈਨੀਫੈਸਟੋ ਦੇ ਵਿੱਚ ਵਾਅਦੇ ਕੀਤੇ ਸੀ, ਚਾਹੇ ਉਹ ਕਿਸਾਨਾਂ ਨਾਲ ਸੰਬੰਧਿਤ ਸੀ, ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ, ਬਜ਼ੁਰਗ ਲੋਕ ਜਿਨ੍ਹਾਂ ਦੀ ਪੈਨਸ਼ਨ ਵਧਾਉਣ ਦੀ 2500 ਦੀ ਗੱਲ ਕੀਤੀ ਸੀ, ਉਹ ਵੀ ਅੱਜ ਤੱਕ ਪੂਰੀ ਨਹੀਂ ਕੀਤੀ। ਗੁਟਕਾ ਸਾਹਿਬ ਨੂੰ ਆਦੇ ਵਿੱਚ ਪਕੜ ਕੇ ਉਸਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਗੱਲ ਕੀਤੀ ਸੀ ਵੀ ਕੀ ਪੰਜਾਬ ਨਸ਼ਾ ਮੁਕਤ ਹੋ ਗਿਆ, ਜਾਂ ਉਸਨੇ ਲੋਕਾਂ ਨੂੰ ਝੂਠਾ ਭਰਮ ਕੀਤਾ ਸੀ, ਝੂਠਾ ਪ੍ਰਚਾਰ ਕਾਂਗਰਸ ਨੇ ਕੀਤਾ ਸੀ ਵੀ ਪੰਜਾਬ ਦਾ 70% ਯੁਵਾ ਨਸ਼ੇੜੀ ਹੈ। ਲੁਧਿਆਣਾ ਤੋਂ ਹਰਜੀਤ ਸਿੰਘ ਦੇ ਨਾਲ ਯੋਗੇਸ਼ ਕਪੂਰ ਦੀ ਰਿਪੋਰਟ, ਚੈਨਲ 2।